ਸਾਡੇ ਮੁੱਦਾ ਯੂਐਸਏ ਪ੍ਰੋਗਰਾਮ ਵਿੱਚ ਦਾ ਰਵੱਗਤ ਹੈ ਅੱਜ ਜਿਹੜਾ ਵਿਸ਼ਾ ਲੈ ਕੇ ਆਏ ਆ ਇਹ ਕਾਰੋਬਾਰ ਨਾਲ ਜੁੜਾ ਵਿਸ਼ਾ ਹੈ ਕਿਉਂਕਿ ਪੰਜਾਬੀ ਭਾਈਚਾਰਾ ਚਾਹੇ ਦੁਨੀਆ ਦੇ ਵਿੱਚ ਕਿਤੇ ਵੀ ਜਾ ਕੇ ਬਸ ਗਿਆ ਉਹਨੇ ਹਰ ਖੇਤਰ ਦੇ ਵਿੱਚ ਇੱਕ ਆਪਣੀ ਵੱਖਰੀ ਪਛਾਣ ਬਣਾਈ ਹੈ ਜੇ ਆਪਾਂ ਕੈਲੀਫੋਰਨੀਆ ਅਮਰੀਕਾ ਦੀ ਗੱਲ ਕਰ ਲਈਏ ਕੈਲੀਫੋਰਨੀਆ ਦੇ ਵਿੱਚ ਫਾਰਮਿੰਗ ਉਸ ਤੋਂ ਬਾਅਦ ਟਰੱਕਿੰਗ ਫਿਰ ਹੋਰ ਕਾਰੋਬਾਰੀਆਂ ਜਿਹੜੀਆਂ ਆਈਟੀ ਦੀਆਂ ਜੌਬਸ ਹੈਗੀਆਂ ਵਾ ਇਹਨਾਂ ਦੇ ਵਿੱਚ ਵੀ ਆਪਣਾ ਇੱਕ ਵੱਖਰੀ ਪਛਾਣ ਕਾਇਮ ਕੀਤੀ ਹੈ ਔਰ ਹੁਣ ਜਿਹੜਾ ਪੰਜਾਬੀ ਭਾਈਚਾਰਾ ਇਹ ਹੋਟਲ ਇੰਡਸਟਰੀ ਵੱਲੋਂ ਬੜੇ ਹੀ ਜੋਰਾਂ ਸ਼ੋਰਾਂ ਨਾਲ ਵਧ ਰਿਹਾ ਹੈ ਇਹ ਇਹ ਹੋਟਲ ਇੰਡਸਟਰੀ ਕਿਸ ਤਰ੍ਹਾਂ ਦੀ ਇੱਥੇ ਚੱਲ ਰਹੀ ਹੈ ਔਰ ਕਿੱਦਾਂ ਦੇ ਇਹਦੇ ਰਿਜ਼ਲਟਸ ਹੈਗੇ ਨਹੀਂ ਜਾਂ ਪ੍ਰੋਫਿਟੇਬਿਲਟੀ ਕਿਸ ਤਰ੍ਹਾਂ ਦੀ ਹੈਗੀ ਹੈ ਇਹਦੇ ਬਾਰੇ ਗੱਲਬਾਤ ਕਰਨ ਲਈ ਸਾਡੇ ਨਾਲ ਰਾਜ ਵਰਮਾ ਮੌਜੂਦ ਨੇ ਜਿਹੜੇ ਕਿ ਪਿਛਲੇ 18 ਸਾਲਾਂ ਤੋਂ ਹੋਟਲ ਇੰਡਸਟਰੀ ਨਾਲ ਜੁੜੇ ਹੋਏ ਨੇ ਔਰ ਇਹਨਾਂ ਦੇ ਅਮਰੀਕਾ ਦੇ ਵੱਖ-ਵੱਖ ਸਟੇਟਸ ਦੇ ਵਿੱਚ ਇਹਨਾਂ ਦੇ ਹੋਟਲ ਨੇ ਰਾਜ ਜੀ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਪਹਿਲਾਂ ਤੋਂ ਸਾਰੇ ਦਰਸ਼ਕਾਂ ਨੂੰ ਸੰਜੀਵ ਜੀ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਰਾਜੀ ਕਿੱਥੇ ਤੱਕ ਸਹਿਮਤ ਹੋ ਕਿ ਪੰਜਾਬੀ ਭਾਈਚਾਰੇ ਨੇ ਵੱਖ-ਵੱਖ ਖੇਤਰਾਂ ਦੇ ਵਿੱਚ ਆਪਣੀ ਵੱਖਰੀ ਪਛਾਣ ਕਾਇਮ ਕੀਤੀ ਹੈ ਔਰ ਹੁਣ ਹੋਟਲ ਇੰਡਸਟਰੀ ਵੱਲ ਨੂੰ ਵੱਧ ਰਹੇ ਨੇ ਸੰਜੀਵਨ ਦੇ ਵਿੱਚ ਕੋਈ ਸ਼ੱਕ ਨਹੀਂ ਹੈ ਆਪਾਂ ਕਿਸੇ ਵੀ ਕਾਰੋਗਾਰ ਚ ਦੇਖੀਏ ਭਾਵੇਂ ਉਹ ਖੇਤੀ ਹੈ ਜਾਂ ਗੈਸ ਸਟੇਸ਼ਨਸ ਨੇ ਸਾਰੇ ਪੰਜਾਬੀਆਂ ਨੇ ਬਹੁਤ ਹੀ ਵਧੀਆ ਕੰਮ ਕੀਤਾ ਤੇ ਹੁਣ ਆਪਣੇ ਪੰਜਾਬੀ ਭਰਾ ਸਾਰੇ ਹਸਪਿਟੈਲਿਟੀ ਜਿਹੜੀ ਕਿ ਹੋਟਲ ਇੰਡਸਟਰੀ ਹੈ ਉਹਦੇ ਵੱਲ ਵੀ ਪੂਰੇ ਜੋਰ ਸ਼ੋਰ ਨਾਲ ਆ ਰਹੇ ਨੇ ਹਾਂ ਔਰ ਜਿਹੜੀ ਹੋਟਲ ਇੰਡਸਟਰੀ ਹੈ ਪਹਿਲਾਂ ਇੱਕ ਡਾਟਾ ਇੱਕ ਪਹਿਲਾਂ ਵੀ ਅਸੀਂ ਇੱਕ ਪ੍ਰੋਗਰਾਮ ਕੀਤਾ ਸੀ ਜਿਸ ਵਿੱਚ ਇੱਕ ਆਇਆ ਸੀ ਕਿ ਅਮਰੀਕਾ ਦੀ ਜਿੰਨੀ ਮੋਟਰਲ ਇੰਡਸਟਰੀ ਹੈ ਉਹਦੇ ਵਿੱਚ 70 ਫੀਸ ਦੀ ਜਿਹੜਾ ਹਿੱਸਾ ਵਾ ਉਹ ਇੰਡੀਅਨਸ ਦਾ ਹਾਂਜੀ ਬਿਲਕੁਲ ਤੁਹਾਡੀ ਗੱਲ ਠੀਕ ਹੈ ਜੀ ਇਹਦੇ ਵਿੱਚ ਜਿਹੜੀ ਪਹਿਲੀ ਜਨਰੇਸ਼ਨ ਹਸਪਿਟੈਲਿਟੀ ਚਾਹੀਏ ਉਹ ਸਾਡੇ ਪਟੇਲਸ ਨੇ ਉਹਨਾਂ ਦੇ ਬਜ਼ੁਰਗ ਅੱਜ ਤੋਂ 40-50 ਸਾਲ ਪਹਿਲਾਂ ਹੋਟਲ ਲਾਈਨ ਦੇ ਮੋਟਲ ਲਾਈਨ ਦੇ ਵਿੱਚ ਉਹਨਾਂ ਨੇ ਹਾਂਜੀ ਕੰਮ ਸ਼ੁਰੂ ਕੀਤਾ ਸੀ ਤੇ ਆ ਕਈ ਕਨਵੈਨਸ਼ਨਾਂ 'ਚ ਜਾ ਕੇ ਅਸੀਂ ਉਹਨਾਂ ਨੂੰ ਮਿਲੀ ਦਾ ਜਿਹੜੇ ਮੇਰੀ ਉਮਰ ਦੇ ਨੇ ਜਾਂ ਸਾਡੇ ਤੋਂ ਯੰਗ ਨੇ ਉਹ 10 ਦੇ ਨੇ ਕਿ ਸਾਡੇ ਦਾਦਾ ਇੰਨੇ ਸਾਲਾਂ 'ਚ ਇੱਥੇ ਆਇਆ ਸੀ ਤੇ ਉਹਨਾਂ ਨੇ ਇੱਕ ਛੋਟੇ ਮੋਡਲ ਤੋਂ 30 ਕਮਰਿਆਂ ਦੇ 40 ਕਮਰਿਆਂ ਦੇ ਮੋਟਲ ਤੋਂ ਕੰਮ ਸ਼ੁਰੂ ਕਰਕੇ ਤੇ ਹੁਣ ਬੜੀ ਮਾਣ ਵਾਲੀ ਗੱਲ ਹੈ ਕਿ ਤੇ ਉਹ ਸਾਰੇ ਬੰਦੇ ਹੁਣ ਮੋਟਲਾਂ ਨੂੰ ਛੱਡ ਕੇ ਹੋਟਲਾਂ ਚ ਐਂਟਰ ਕਰ ਰਹੇ ਨੇ ਵਿਚ ਇਜ਼ ਅ ਅ ਵੈਰੀ ਬੜੀ ਇਨਕਰੇਜਿੰਗ ਨਿਊਜ਼ ਹੈ ਕਿਉਂਕਿ ਦੇਖਿਆ ਜਾਵੇ ਤਾਂ ਤਕਰੀਬਨ 1% ਦਾ ਹਿੱਸਾ ਵਾ ਜਿਹੜਾ ਇੰਡੀਅਨਸ ਦਾ ਹੈਗਾ ਜਿਹੜੇ ਅਮਰੀਕਾ ਦੀ ਪਾਪੂਲੇਸ਼ਨ ਦਾ ਹੈਗਾ ਉਹਦੇ ਵਿੱਚ 1% ਦੇ ਵਿੱਚ ਉਹ ਵੀ ਇੰਨਾ ਵੱਡਾ ਮਾਰਕਾ ਮਾਰਨਾ ਜਾਂ ਇਹਨੇ ਮੋਡਰਨ ਯੂਨੀਵਰਸਿਟੀ ਵਿੱਚ 70% ਦਾ ਪਾਰਟਨਰ ਬਣ ਜਾਣਾ ਇਹ ਬਹੁਤ ਵੱਡੀ ਗੱਲ ਆ ਸਾਡੇ ਭਾਰਤੀ ਭਾਈਚਾਰੇ ਲਈ 100% ਤੁਹਾਡੇ ਨਾਲ ਸਹਿਮਤ ਹਾਂ ਵੀ ਜੀ ਇਸ ਕੰਮ ਲਈ ਔਰ ਜਿਹੜੀ ਹੁਣ ਹੋਟਲ ਇੰਡਸਟਰੀ ਦੇ ਵਿੱਚ ਪੰਜਾਬੀ ਭਾਈਚਾਰਾ ਵਧ ਰਿਹਾ ਹੈ ਇਹ ਤੁਸੀਂ 18 ਸਾਲਾਂ ਤੋਂ ਇਸ ਇੰਡਸਟਰੀ ਨਾਲ ਜੁੜੇ ਹੋਏ ਹੋ ਔਰ ਤੁਹਾਨੂੰ ਕੀ ਲੱਗਦਾ ਵਾ ਕਿ ਕਿੱਥੇ ਤੱਕ ਪੰਜਾਬੀ ਭਾਈਚਾਰਾ ਖਾਸ ਕਰਕੇ ਮੈਂ ਪੰਜਾਬ ਪੰਜਾਬੀ ਭਾਈਚਾਰਾ ਵਰਲਡ ਲੈ ਰਿਹਾ ਉਹ ਕਿੱਥੇ ਤੱਕ ਕਾਮਯਾਬ ਹੋਏ ਨੇ ਇਸ ਪਾਸੇ ਨੂੰ ਆਨ ਦੇ ਔਰ ਕਿਸ ਤਰੀਕੇ ਨਾਲ ਆ ਰਹੇ ਨੇ ਸੰਜੀਵ ਜੀ ਪੰਜਾਬੀ ਜਿੰਨੀ ਮੇਰੀ ਨੌਲੇਜ ਆ ਜਿਹੜਾ ਸਾਡੇ ਪੰਜਾਬੀ ਲੋਕ ਨੇ ਹੋਟਲ ਇੰਡਸਟਰੀ ਦੇ ਵਿੱਚ ਉਹਨਾਂ ਨੇ ਪਿਛਲੇ 5-6 ਸਾਲਾਂ ਤੋਂ ਪੂਰੀ ਸਵਿੰਗ ਦੇ ਨਾਲ ਆਣਾ ਸ਼ੁਰੂ ਕੀਤਾ ਤੇ ਹੁਣ ਗੱਲ ਇਦਾਂ ਵੀ ਜਦੋਂ ਖਬਰ ਸ਼ਹਿਰ ਚ ਜਾਂਦੀ ਹੈ ਵੀ ਹੋਟਲ ਇੰਡਸਟਰੀ ਚੰਗੀ ਹੈ ਆਪਣੇ ਲੋਕ ਦੂਜੇ ਲੋਕਾਂ ਨੂੰ ਦੱਸਦੇ ਨੇ ਕਿ ਬੜਾ ਸੋਹਣਾ ਬਿਜ਼ਨਸ ਹੈ ਆਪਾਂ ਨੂੰ ਇਹਦੇ ਚ ਆਣਾ ਚਾਹੀਦਾ ਹੈ ਇੱਕ ਦੂਜੇ ਦੀ ਆਪਾਂ ਮਦਦ ਕਰੀ ਦੀ ਹੈ ਹੈਲਪ ਕਰੀ ਦੀ ਹੈ ਤੇ ਉਸ ਪੁਆਇੰਟ ਆਫ 뷰 ਦੇ ਨਾਲ ਬਹੁਤ ਲੋਕ ਇਹਦੇ ਵਿੱਚ ਆ ਰਹੇ ਨੇ ਹੌਲੀ ਹੌਲੀ ਆ ਰਹੇ ਨੇ ਬਟ ਸ਼ੂਰਲੀ ਆ ਰਹੇ ਨੇ ਔਰ ਮੈਨੂੰ ਪੂਰਾ ਯਕੀਨ ਹੈ ਕਿ ਅਸੀਂ ਇਹਦੇ ਵਿੱਚ ਵੀ ਆਪਣੇ ਝੰਡੇ ਗੱਡਾਂਗੇ ਤੇ ਛੱਜੇ ਦਾ ਗੱਡੀ ਜਾਂਦੇ ਵੇ ਹਾਂਜੀ ਨਹੀਂ ਅਗਾਹ ਵੀ ਅੱਗੇ ਪਹੁੰਚਾਂਗੇ ਜੀ ਸੋ ਆਈ ਊਡ ਸੇ ਕਿ ਪੰਜਾਬੀ ਬਹੁਤ ਸਪੀਡ ਨਾਲ ਆ ਰਹੇ ਨੇ ਪਰ ਉਹਦੇ ਵਿੱਚ ਵੀ ਅਗੇਨ ਸਾਨੂੰ ਬਸ ਇਹ ਨਹੀਂ ਦੇਖਣਾ ਚਾਹੀਦਾ ਕਿ ਅਸੀਂ ਇੱਕ ਹੋਟਲ ਇੰਡਸਟਰੀ ਆ ਜੀ ਇੱਕ ਸ਼ਹਿਰ ਆ ਗਿਆ ਤੇ ਅਸੀਂ ਉੱਥੇ ਹੋਟਲ ਬਣਾਤਾ ਤੇ ਇੱਕ ਫਲੈਗ ਲੈ ਲਿਆ ਤੇ ਚੱਲੇਗਾ ਹੂੰ ਉਹਦੇ ਵਿੱਚ ਜੋ ਮੈਂ ਸੋਚਦਾ ਸੀ ਜਿੱਨੀ ਕਿ ਮੈਨੂੰ ਨੌਲੇਜ ਹੈ ਮੈਂ ਐਸ ਤੁਸੀਂ ਮੈਂਸ਼ਨ ਕੀਤਾ ਕਿ ਮੈਂ ਸ਼ੁਰੂ ਤੋਂ ਹੀ ਜਦੋਂ ਆਪ ਦਾ ਸ਼ਹਿਰ ਕਪੂਰਥਲਾ ਛੱਡਿਆ ਸੀ ਮੈਂ ਹੋਟਲ ਇੰਡਸਟਰੀ 'ਚ ਹੀ ਕੰਮ ਕੀਤਾ ਅਮਰੀਕਾ ਚ ਆ ਕੇ ਵੀ ਮੈਂ ਆਪਣਾ ਕਰੀਅਰ ਐਜ਼ ਅ ਹਾਊਸਕੀਪਰ ਸ਼ੁਰੂ ਕੀਤਾ ਸੀ ਤੇ ਹੁਣ ਅਸੀਂ ਚਲੋ ਉੱਪਰ ਵਾਲੇ ਦਿਾਨਾ ਕਾਫੀ ਹੋਟਲ ਮੈਨੇਜ ਕਰੀਦੇ ਨੇ ਓਨ ਕਰੀਦੇ ਨੇ ਪਰ ਉਹਦੇ 'ਚ ਜਿਹੜੀ ਮੇਨ ਗੱਲ ਮੈਂ ਜ਼ਰੂਰ ਕਹਿਣਾ ਚਾਹਾਂਗਾ ਕਿ ਲੋਕਾਂ ਨੂੰ ਇਹ ਸੋਚਣਾ ਚਾਹੀਦਾ ਹੈ ਕਿ ਜਦੋਂ ਆਪਾਂ ਹੋਟਲ ਬਣਾਉਣਾ ਹੈ ਜਾਂ ਹੋਟਲ ਖਰੀਦਣਾ ਹੈ ਇਟਸ ਨਾਟ ਅਬਾਊਟ ਕਿ ਆਪਾਂ ਇੱਕ ਬਿਲਡਿੰਗ ਮਿਲ ਗਈ ਆ ਹੋਟਲ ਆਪਾਂ ਲੈ ਲਈਏ ਵੀ ਆਰ ਗਲ ਅਸੀਂ ਵਧੀਆ ਕੰਮ ਇੱਥੇ ਕਰਾਂਗੇ ਉਹਦੇ ਵਿੱਚ ਬਹੁਤ ਚੀਜ਼ਾਂ ਦੇਖਣ ਵਾਲੀਆਂ ਨੇ ਕਿਹੜਾ ਫਲੈਗ ਹੈ ਕਿੰਨੇ ਕਮਰੇ ਨੇ ਕਿਹੜੇ ਸ਼ਹਿਰ 'ਚ ਅਸੀਂ ਹੋਟਲ ਲੈ ਰਹੇ ਹਾਂ ਕਿੰਨਾ ਵੱਡਾ ਹੋਟਲ ਹੈ ਉੱਥੇ ਦੀ ਇਕਨੋਮੀ ਕੀ ਹੈ ਜੇ ਮੰਨ ਲਓ ਕਿ ਸੁਪੋਜ਼ ਕਿਦਾਂ ਜਿੱਦਾਂ ਕੋਵਿਡ ਆਇਆ ਤੇ ਅਗਰ ਆਪਾਂ ਹਿੱਟ ਹੁੰਨੇ ਆ ਮੰਨ ਲਓ ਤੇ ਬਾਕੀ ਦੀਆਂ ਸੈਗਮੈਂਟਸ ਉਹਨੂੰ ਸਪੋਰਟ ਕਰ ਸਕਦੀਆਂ ਕਿ ਨਹੀਂ ਕਰ ਸਕਦੀਆਂ ਜਿਵੇਂ ਜਦੋਂ ਮੰਨ ਲਓ ਆਪਣਾ ਇੱਕ ਬੇਕਰਫੀਡ ਸ਼ਹਿਰ ਹੈ ਇਹਦੇ 'ਚ ਹੁਣ ਸਾਡਾ ਸਾਰਾ ਮਿਕਸਚਰ ਬਿਜ਼ਨਸ ਹੈ ਸਾਡੇ ਕੋ ਕੋਆਪਰੇਟਿਵ ਹੈ ਸਾਡੇ ਕੋਲ ਐਗਰੀਕਲਚਰ ਹੈ ਰੇਲਵੇਜ਼ ਹੈ ਮੈਡੀਕਲ ਹੈ ਦੈਨ ਵੀ ਹੈਵ ਲੀਜਰ ਬਿਜ਼ਨਸ ਸੋ ਜੇ ਇੱਕ ਇੱਕ ਏਰੀਆ ਨੂੰ ਇਫੈਕਟ ਹੁੰਦਾ ਹੈ ਤੇ ਬਾਕੀ ਏਰੀਆ ਪ੍ਰੋਪਰਟੀ ਨੂੰ ਸਪੋਰਟ ਕਰਨ ਸੋ ਮੈਂ ਸੋਚਦਾ ਕਿ ਐਜੂਕੇਸ਼ਨ ਦੀ ਬਹੁਤ ਲੋੜ ਹੈ ਲੋਕਾਂ ਨੂੰ ਸਮਝਣ ਤੇ ਤਾਂ ਇਸ ਬਿਜ਼ਨਸ ਚਾਨ ਕਿਉਂਕਿ ਬਹੁਤ ਵੱਡੀ ਇਨਵੈਸਟਮੈਂਟ ਹੈ ਔਰ ਇਹਦੇ ਚ ਮੈਂ ਇੱਕ ਤੁਹਾਡੀ ਗੱਲ ਨਿਕਲੀ ਕੋਵਿਡ ਕੋਵਿਡ ਦੇ ਕਿਉਂਕਿ ਜਦੋਂ ਪੰਜਾਬੀ ਭਾਈਚਾਰਾ ਜਦੋਂ ਤੁਸੀਂ ਦੱਸਦੇ ਪੰਜ ਛੇ ਸਾਲਾਂ ਤੋਂ ਇਸ ਵੱਲੋਂ ਜ਼ਿਆਦਾ ਵਧਿਆ ਇਸ ਇੰਡਸਟਰੀ ਵੱਲੋਂ ਇਨ ਬੀਟਵੀਨ ਆ ਗਿਆ ਕੋਵਿਡ ਕੋਵਿਡ ਨੇ ਇੱਕ ਬਹੁਤ ਵੱਡਾ ਡਰ ਨੇ ਕ੍ਰੀਏਟ ਕਰ ਦਿੱਤਾ ਸੀ ਹਸਪਿਟੈਲਿਟੀ ਇੰਡਸਟਰੀ ਲਈ ਬਿਲਕੁਲ ਤੁਹਾਡੀ ਗੱਲ ਮੈਂ ਆਪਣੀ ਗੱਲ ਕਰਦਾ ਸੰਜੀਵ ਜੀ ਜਦੋਂ ਕੋਵਿਡ ਆਇਆ ਹੁਣ ਸਾਡੇ ਹੋਟਲ ਕੈਲੀਫੋਰਨੀਆ ਦੇ ਵਿੱਚ ਇੱਥੇ ਬੇਕਰਸਫੀਲਡ ਵਾਈਸੇਲੀਆ ਫਰੈਸਨੂਚ ਸਾਡੇ ਕਾਫੀ ਹੋਟਲਸ ਨੇ ਔਰ ਮਿਡ ਵੈਸਟ ਵੀ ਨੇ ਇੱਕ ਵਾਰੀ ਤਾਂ ਐਵੇਂ ਲੱਗਿਆ ਸੀ ਸੰਜੀਵ ਜੀ ਕਿ ਆ ਸਭ ਕੁਝ ਖਤਮ ਹੋ ਜਾ ਰਹਾ ਕਿ ਓਕੂਪੈਂਸੀਆਂ ਜਿਹੜੀਆਂ ਐਵਰੇਜ ਜੇ ਓਕੂਪੈਂਸੀ ਉਸ ਸ਼ਹਿਰ ਦੀ ਜਾਂ ਉਸ ਸਟੇਟ ਦੀ 80 85% ਸੀ ਜੋ ਘਟ ਕੇ 20% ਤੇ ਰਹਿ ਗਈ ਤੇ ਉਹਦੇ ਚ ਜਿਹੜਾ ਬਚਾਅ ਹੋਇਆ ਸਾਡੀ ਇੰਡਸਟਰੀ ਦਾ ਜਾਂ ਸਾਡਾ ਉਹਦਾ ਸਰਕਾਰ ਨੂੰ ਧੰਨਵਾਦ ਜਾਂਦਾ ਹੈ ਜਿਨ੍ਹਾਂ ਨੇ ਇਸ ਗੱਲ ਨੂੰ ਦੇਖਿਆ ਨੋਟ ਕੀਤਾ ਤੇ ਸਾਨੂੰ ਮਾਲਕਾਂ ਨੂੰ ਜਾਂ ਹੋਟਲ ਆਪਰੇਟਰਸ ਨੂੰ ਫਾਈਨੈਂਸ਼ੀਅਲੀ ਬਹੁਤ ਹੈਲਪ ਕੀਤੀ ਜਿੰਦੇ ਕਰਕੇ ਅਸੀਂ ਬਚ ਗਏ ਹ ਨਹੀਂ ਤਾਂ ਇਟ ਕੁਡ ਹੈਵ ਬੀਨ ਬਹੁਤ ਵੱਡਾ ਡਿਜ਼ਾਸਟਰ ਸੀ ਵੀ ਲੋਕਾਂ ਨੇ ਆਪ ਦੇ ਜਦੋਂ ਗੈਸਟ ਹੈ ਨਹੀਂ ਤੇ ਤੁਹਾਨੂੰ ਪਤਾ ਹੈ ਹਾਊ ਯੂ ਗਨ ਆਪਾਂ ਖਰਚੇ ਕਿਵੇਂ ਦੇਵਾਂਗੇ ਪ੍ਰੇਮ ਪ੍ਰੇਮ ਤਾਂ ਕਿੱਦਾਂ ਦੇਵਾਂਗੇ ਉਹ ਤਾਂ ਹੋਣੀ ਹੀ ਹੈ ਸੋ ਉਹ ਸਰਕਾਰੀ ਹੈਲਪ ਕਰਕੇ ਬਚਾਅ ਹੋ ਗਿਆ ਲੇਕਿਨ ਇਸ ਚੀਜ਼ ਨੂੰ ਜ਼ਰੂਰ ਅੱਗੇ ਵੀ ਲੋਕਾਂ ਨੂੰ ਸੋਚਣਾ ਚਾਹੀਦਾ ਹੈ ਕਿ ਇਦਾਂ ਦੀ ਕੋਈ ਹੋਰ ਗੱਲ ਵੀ ਹੋ ਸਕਦੀ ਹੈ ਤੇ ਉਹਨੂੰ ਧਿਆਨ ਨਾਲ ਰੱਖ ਕੇ ਹੀ ਇਨਵੈਸਟਮੈਂਟ ਆਪਾਂ ਨੂੰ ਕਰਨੀ ਚਾਹੀਦੀ ਹੈ ਉਦੋਂ ਤਾਂ ਇਹ ਵੀ ਸੀਗਾ ਨਾ ਕਿ ਕੋਵਿਡ ਚਲੋ ਆਇਆ ਪਹਿਲਾਂ ਤਾਂ ਇਹ ਪਤਾ ਹੀ ਨਹੀਂ ਸੀ ਕਿ ਇਹ ਇਸ ਲੈਵਲ ਤੇ ਚਲੇ ਜਾਏਗਾ ਪਹਿਲਾਂ ਤਾਂ ਇੱਕ ਸੀਗਾ ਵੀ ਆਇਆ ਲੇਕਿਨ ਉਹ ਲੰਬਾ ਖਿੱਚ ਗਿਆ ਬਹੁਤ ਉਦੋਂ ਇੱਕ ਡਰ ਇਹ ਲੱਗਣਾ ਸ਼ੁਰੂ ਹੋ ਗਿਆ ਕਿ ਕੋਵਿਡ ਜੇ ਚਲੇ ਵੀ ਵਾਪਸ ਖਤਮ ਵੀ ਹੋ ਜਵੇ ਉਸ ਤੋਂ ਬਾਅਦ ਵੀ ਹੋਟਲ ਇੰਡਸਟਰੀ ਜਲਦੀ ਸਰਵਾਈਵ ਨਹੀਂ ਕਰਨੀ ਜਾਂ 에ਅਰਲਾਈਨ ਇੰਡਸਟਰੀ ਜਲਦੀ ਸਰਵਾਈਵ ਨਹੀਂ ਕਰਨੀ ਲੇਕਿਨ ਉਹ ਉਹਦਾ ਉਲਟਾ ਦੇਖਣ ਨੂੰ ਮਿਲ ਰਿਹਾ ਉਹਦਾ ਵੀ ਕਾਰਨ ਸੰਜੀਵ ਜੀ ਵੀ ਆਪਾਂ ਕਦ ਤੱਕ ਲੋਕਾਂ ਨੂੰ ਡੱਕ ਕੇ ਰੱਖ ਲਾਂਗੇ ਸਪੈਸ਼ਲੀ ਅਮਰੀਕਨ ਪਾਪੂਲੇਸ਼ਨ ਜਿਹੜੀ ਹੈਗੀ ਐ ਇਹ ਲੋਗ ਬਿਲੀਵ ਕਰਦੇ ਨੇ ਵੀ ਤੁਸੀਂ ਕੰਮ ਰੱਜ ਕੇ ਕਰੋ ਤੇ ਨਾਲ ਇੰਜੋਏ ਕਰੋ ਸੋ ਉਹ ਚੀਜ਼ ਨੇ ਬਹੁਤ ਸਾਨੂੰ ਫਾਇਦਾ ਕੀਤਾ ਵੀ ਲੋਕੀ ਸਾਲ 2 ਸਾਲ ਅੰਦਰ ਡੱਕੇਗੇ ਨਾ ਉਹਨਾਂ ਕੋਲੋਂ ਕਾਨਫਰੰਸਿਸ ਹੋਈਆਂ ਨਾਉ ਉਹ ਆਪ ਦੇ ਪਰਿਵਾਰਾਂ ਨੂੰ ਲੈ ਕੇ ਕਿਤੇ ਘੁੰਮਣ ਜਾ ਸਕੇ ਕਿਉਂਕਿ ਸਾਰਾ ਕੁਝ ਹੀ ਬੰਦ ਹੋ ਗਿਆ ਸੀ ਹਾਂ ਸੋ ਅਗਰ ਤੁਸੀਂ ਹੁਣ ਉਹਨਾਂ ਲੋਕਾਂ ਨੂੰ ਘਰੋਂ ਬਾਹਰ ਕੱਢਿਆ ਤੇ ਉਹ ਕਹਿੰਦੇ ਨੇ ਵੀ ਹੁਣ ਅਸੀਂ ਜਾਣਾ ਲੋਕਾਂ ਦੇ ਵਿਆਹ ਸ਼ਾਦੀਆਂ ਨਹੀਂ ਹੋਈਆਂ ਜੇ ਤੁਸੀਂ ਸਾਡੇ ਦੋਸਤ ਨੇ ਉਹਨਾਂ ਦੇ ਹੋਟਲਜ਼ ਉਹਨਾਂ ਵੱਡੇ ਕਾਨਫਰੰਸ ਹੋਟਲਜ਼ ਨੇ ਉਹ ਕਹਿੰਦੇ ਨੇ ਵੀ ਹੁਣ ਸਾਡੇ ਕੋਲ ਡਾਟਾ ਹੀ ਹੈ ਨਹੀਂ ਜਿਹੜੇ ਵਿਆਹ ਮੰਨ ਲਓ 1 ਸਾਲ 'ਚ ਇੱਕ ਇੱਕ ਸਰਟਨ ਐਵਰੇਜ ਵੈਡਿੰਗਸ ਹੋਣੀਆਂ ਨੇ ਉਹ ਸਾਰੀਆਂ ਹੋਈਆਂ ਨਹੀਂ ਹੋਈਆਂ ਨਹੀਂ ਸੋ ਹੁਣ ਉਹ ਸਾਰੀਆਂ ਵਾਪਸ ਆ ਰਹੀਆਂ ਨੇ ਸੋ ਦੈਟ ਇਜ਼ ਹੈਲਪਿੰਗ ਅਸ ਜਿਹੜੀਆਂ ਕਾਨਫਰੰਸਸ ਨੇ ਕੰਪਨੀਆਂਸ ਦੀਆਂ ਕੋਪਰੇਟਸ ਦੀਆਂ ਉਹ ਨਹੀਂ ਹੋਈਆਂ ਦੇ ਆਰ ਕਮਿੰਗ ਆਊਟ ਕਿ ਅਸੀਂ ਕਾਨਫਰੰਸਿਸ ਕਰਨੀਆਂ ਨੇ ਤਾਂਕਿ ਉਹ ਕੰਪਨੀਆਂ ਨੇ ਉਹਦੇ ਬੇਸ ਤੇ ਸਰਵਾਈਵ ਕਰਨਾ ਹੈ ਪਲੱਸ ਲੀਜਰ ਮਾਰਕੀਟ ਆਪਾਂ ਦੇਖ ਲਈਏ ਲੋਕੀ ਹੁਣ ਘੁੰਮਣ ਹੀ ਗਏ ਉਹ ਹੈਲਪ ਕਰ ਰਿਹਾ ਚਲੋ ਹੁਣ ਜੇ ਇੰਟਰਨੈਸ਼ਨਲ ਤਾਂ ਹੁਣ ਤਾਂ ਖੁੱਲ ਗਿਆ ਜਦੋਂ ਇੰਟਰਨੈਸ਼ਨਲ ਨਹੀਂ ਸੀ ਖੁੱਲਿਆ ਲੋਕੀ ਆਪਦੇ ਸ਼ਹਿਰਾਂ ਦੇ ਨੇੜੇ ਤੇ ਜਿਹੜੇ ਜਿਹੜੇ ਵੀ ਟੂਰਿਸਟ ਸਪਾਟ ਸੀ ਉਥੇ ਜਾ ਰਹੇ ਸੀ ਜਾਂ ਜਾ ਰਹੇ ਨੇ ਉਹ ਸਾਨੂੰ ਬਹੁਤ ਹੈਲਪ ਕਰ ਰਿਹਾ ਇਸ ਟਾਈਮ ਹਾਂ ਤਾਂ ਉਹ ਜਿਹੜਾ ਤੁਸੀਂ ਗੱਲ ਕੀਤੀ ਹੈ ਕੋਵਿਡ ਨੇ ਇਫੈਕਟ ਕੀਤਾ ਸੀ ਯੈਸ ਇਫੈਕਟ ਹੋਇਆ ਬਟ ਹੁਣ ਅਸੀਂ ਮੈਂ ਪਰਸਨਲੀ ਦੇਖ ਰਿਹਾ ਨੰਬਰ ਦੇਖੀ ਜਦੋਂ ਅਸੀਂ ਰੋਜ਼ ਡਿਸਕਸ ਕਰੀਦਾ ਹੈ ਥੈਟ ਉਹ ਜਿਹੜੇ ਨੰਬਰ ਪੁਰਾਣੇ 2019 ਦਾ ਨੰਬਰ ਨੇ ਅਸੀਂ ਉਹਦੇ ਕਾਫੀ ਕਲੋਸ ਪਹੁੰਚ ਗਏ ਹਾਂ ਹਾਂ ਔਰ ਪਿੱਛੇ ਜੇ ਤਾਂ ਇਹ ਵੀ ਆਇਆ ਸੀਗਾ ਵੀ ਸੈਂਟਰਲ ਵੈਲੀ ਦਾ ਫਰੇਜ਼ਨ ਉਹ ਤੇ ਕਲੋਵਿਸ ਇਹ ਓਕੂਪੈਂਸੀ ਰੇਟ ਚ ਪੂਰੇ ਅਮਰੀਕਾ ਚ ਨੰਬਰ 1 ਸੀ ਬਿਲਕੁਲ ਤੁਹਾਡੀ ਗੱਲ ਠੀਕ ਹੈ ਐਕਚੁਅਲੀ ਆਰਟੀਕਲ ਮੈਂ ਵੀ ਪੜਿਆ ਹੈ ਉਹਨਾਂ ਦੇ ਇਵਨ ਕੋਵਿਡ ਦੇ ਟਾਈਮ ਦੇ ਵਿੱਚ ਵੀ ਸਾਡੀ ਸੈਂਟਰਲ ਕੈਲੀਫੋਰਨੀਆ ਨੇ ਬਿਜ਼ਨਸ ਬਹੁਤ ਵਧੀਆ ਨਹੀਂ ਕੀਤਾ ਬਟ ਐਟ ਲੀਸਟ ਇੰਨਾ ਕੁ ਕਰ ਲਿਆ ਵੀ ਅਸੀਂ ਸਾਰੇ ਸਰਵਾਈਵ ਕਰ ਗਏ ਸਰਵਾਈਵ ਕਰ ਗਏ ਬਿਲਕੁਲ ਬਟ ਨੇਸ਼ਨ ਦੇ ਹਿਸਾਬ ਦੇ ਨਾਲ ਦੇ ਡਿਡ ਵੈਰੀ ਵੈਲ ਇੱਕ ਵੇਲਾ ਹੋ ਗਿਆ ਜੀ ਬ੍ਰੇਕ ਦਾ ਬ੍ਰੇਕ ਤੋਂ ਬਾਅਦ ਫਿਰ ਹਾਜ਼ਰ ਹੋਣੇ ਇਸੇ ਤਰ੍ਹਾਂ ਚਰਚਾ ਜਾਰੀ ਰੱਖਾਂਗੇ ਕਿਤੇ ਜਾਈਓ ਨਾ ਰਾਜੀ ਜੀ ਜਦੋਂ ਹੁਣੇ ਤੁਸੀਂ ਦੱਸਿਆ ਵੀ ਕੋਵਿਡ ਦੇ ਵਿੱਚ ਵਾਕਈ ਬਹੁਤ ਡਰ ਦਾ ਮਾਹੌਲ ਸੀਗਾ ਲੇਕਿਨ ਉਸ ਤੋਂ ਬਾਅਦ ਜਿਹੜਾ ਸਰਵਾਈਵਲ ਆ ਨਾ ਕੋਵਿਡ ਤੋਂ ਬਾਅਦ ਉਹਨੇ ਇੱਕ ਵਾਰ ਰੌਣਕ ਫੇਰ ਲਿਆਤੀ ਹੋਟਲ ਜਿਹੜੇ ਹੋਨਰਸ ਨੇ ਜਾਂ ਜਿਹੜੇ ਮੈਨੇਜ ਕਰਦੇ ਨੇ ਹਾਂਜੀ ਐਸ ਮੈਂ ਤੁਹਾਨੂੰ ਪਹਿਲਾਂ ਦੱਸਿਆ ਵੀ ਮਾਰਕੀਟ 'ਚ ਸਾਡਾ ਜਿਹੜਾ ਹੋਸਪਿਟੈਲਿਟੀ ਦਾ ਬਿਜ਼ਨਸ ਹੈ ਉਹ ਵਾਪਸ ਆ ਚੁੱਕਾ ਹੈ ਪਰ ਕਈ ਚੀਜ਼ਾਂ ਹੱਲੇ ਵੀ ਸੋਚਣੀਆਂ ਲੋਕਾਂ ਨੂੰ ਚਾਹੀਦੀਆਂ ਨੇ ਕਿ ਅੱਗੇ ਆ ਆਪਾਂ ਹੁਣ ਦੇਖਦੇ ਆ ਵੀ ਇੰਟਰਸਟ ਰੇਟ ਉੱਪਰ ਜਾ ਰਹੇ ਨੇ ਕੰਸਟਰਕਸ਼ਨ ਕਾਸਟ ਕਾਫੀ ਉੱਪਰ ਜਾ ਰਹੀ ਹੈ ਬਹੁਤ ਜ਼ਿਆਦਾ ਅਸੀਂ ਆਪ ਹੋਟਲ ਆਪਣੇ ਬਿਲਟ ਕਰੀਦੇ ਨੇ ਜਾਂ ਕਰ ਰਹੇ ਆ ਸੋ ਇਹ ਚੀਜ਼ ਵੀ ਲੋਕਾਂ ਨੂੰ 100% ਆਪਣੇ ਮਾਈਂਡ ਚ ਰੱਖਣੀ ਚਾਹੀਦੀ ਹੈ ਵੀ ਮਾਰਕੀਟ ਜਰੂਰ ਵਾਪਸ ਆ ਗਈ ਹੈ ਲੇਕਿਨ ਤੁਸੀਂ ਜਦੋਂ ਬੈਂਕ ਨਾਲ ਗੱਲ ਕਰਨੀ ਹੈ ਤੁਹਾਡੇ ਇੰਟਰਸਟ ਰੇਟ ਕੀ ਹੈ ਤੁਹਾਡੀਆਂ ਟਰਮਸ ਬੈਂਕ ਨਾਲ ਕੀ ਨੇ ਜਾਂ ਜਦੋਂ ਤੁਸੀਂ ਹੋਟਲ ਬਣਾਣਾ ਹੈ ਉਹਦੀ ਜੇ ਕਾਸਟ ਤੁਹਾਡੀ 15 20% ਉੱਪਰ ਚਲੀ ਗਈ ਹੈ ਇਹ ਚੀਜ਼ ਸੋਚਣੀ ਬਹੁਤ ਜ਼ਰੂਰੀ ਹੈ ਅ ਫਰਦਰ ਸਰਵਾਈਵਲ ਵਾਸਤੇ ਕਿ ਇਟਸ ਨਾਟ ਅਬਾਊਟ ਕਿ ਆਪਾਂ ਹੋਟਲ ਬਣਾ ਲਿਆ ਮੈਂ ਜਿੱਦਾਂ ਪਹਿਲਾਂ ਵੀ ਕਿਹਾ ਪਰ ਇਹ ਚੀਜ਼ਾਂ ਜੇ ਆਪਾਂ ਹੁਣ ਸੋਚਦੇ ਆਂ ਤੇ ਉਹਨਾਂ ਨੂੰ ਨੰਬਰਾਂ ਨੂੰ ਐਨਲਾਈਜ਼ ਕਰਕੇ ਆਪਣੇ ਬਾਟਮ ਲਾਈਨ ਵੇਖਦੇ ਆਂ ਤੇ ਜੇ ਸੈਨਸ ਬੰਦੀ ਹੈ ਤੇ ਆਈ ਥਿੰਕ ਲੋਕਾਂ ਨੂੰ ਜ਼ਰੂਰ ਗਾਂ ਜਾਣਾ ਚਾਹੀਦਾ ਕਰਨਾ ਚਾਹੀਦਾ ਪਰ ਇਨ ਜਨਰਲ ਅੱਜ ਦੇ ਟਾਈਮ ਦੇ ਵਿੱਚ ਜੇ ਮੈਂ ਅੱਜ ਦੀ ਗੱਲ ਕਰਾਂ ਤੇ ਬਿਜ਼ਨਸ ਸੋਨਾ ਚੱਲ ਰਿਹਾ ਹੈ ਹਸਪੀਟਲ ਓਕੂਪੈਂਸੀ ਰੇਟ ਕਿਦਾਂ ਦਾ ਚੱਲ ਰਿਹਾ ਹੈ occupancy rate sanjeev depend ਕਰਦਾ ਹੈ ਸ਼ਹਿਰ-ਸ਼ਹਿਰ ਦੇ ਉੱਤੇ ਆ ਜਿਵੇਂ ਆਪਾਂ ਜੇ ਫਰੇਜ਼ਨੋ ਤੋਂ ਗਲੋਵੇਸ ਲੈ ਲਈ ਆਪਾਂ ਉਹ ਕਿੱਥੇ ਉਹ ਉੱਥੇ Occupancy rate ਕਿਉਂ ਇੰਨਾ ਜ਼ਿਆਦਾ ਆ ਉਹ ਕੋਈ ਨਾ ਬੜਾ ਸਿੰਪਲ ਜਿਹਾ ਕਾਰਨ ਹੈ ਗਰੋਥ ਉਸ ਏਰੀਆ ਦੀ ਆ ਫਰੇਜ਼ਨੋ ਦੇ ਵਿੱਚ ਤੁਹਾਨੂੰ ਪਤਾ ਨਵੇਂ ਹੋਟਲ ਵੀ ਬਣੇ ਨੇ ਜਾਂ ਹੋਰ ਵੀ ਬਣ ਰਹੇ ਨੇ ਉਸ ਏਰੀਆ ਦੇ ਵਿੱਚ ਕੋਪਰੇਟ ਗਰੋਥ ਵੇਖ ਲਓ ਮੈਡੀਕਲ ਗਰੋਥ ਵੇਖ ਲਓ ਉੱਤੇ ਲੋਕਾਂ ਦੀ ਉੱਥੇ ਜਿਵੇਂ ਲੋਕ ਉੱਥੇ ਮੂਵ ਕਰ ਰਹੇ ਨੇ ਉਹ ਇੰਨੀ ਸੋਹਣੀ ਸਪੀਡ ਦੇ ਨਾਲ সেন্ট্রਲ ਕੈਲੀਫੋਰਨੀਆ ਗਰੋ ਕਰ ਰਿਹਾ ਹੈ ਤੇ ਉਹ ਸਾਡੀ ਹੋਟਲ ਇੰਡਸਟਰੀ ਨੂੰ ਹੈਲਪ ਕਰ ਰਿਹਾ ਐ ਸਪੈਸ਼ਲੀ ਲੋਕੀ ਸੈਨ ਫਰਾਂਸਿਸਕੋ ਔਰ ਐਲ ਏ ਤੋਂ ਇਧਰ ਮੂਵ ਕਰ ਰਹੇ ਨੇ ਕਿ ਕਾਸਟ ਆਫ ਲਿਵਿੰਗ ਇੱਥੇ ਦੀ ਡਿਫਰੈਂਟ ਬਹੁਤ ਜ਼ਿਆਦਾ ਜੀ ਸੋ ਦੈਟ ਇਜ਼ ਹੈਲਪਿੰਗ ਉਹ ਬੜਾ ਹੈਲਪ ਕਰ ਰਿਹਾ ਸਾਡੀ ਇੰਡਸਟਰੀ ਨੂੰ ਫਿਰ ਜਿਹੜੀਆਂ ਕੰਪਨੀਆਂ ਨੇ ਵੱਡੀਆਂ ਕੰਪਨੀਆਂ ਆ ਉਹ ਆਪਣਾ ਦੇ ਹੈੱਡ ਕੁਆਟਰਸ ਉਹਨਾਂ ਦੀ ਆਈ ਕੈਨ ਸੇ ਦੇ ਆ ਮੂਵਿੰਗ ਟੂ ਸੈਂਟਰਲ ਕੈਲੀਫੋਰਨੀਆ ਉਹ ਉਹਦਾ ਆਕੂਪੈਂਸੀ ਜਨਰਲ ਇੱਕ ਗੱਲ ਕਰੀਏ ਐਵਰੇਜ ਐਸ ਵੇਲੇ ਕਿਦਾਂ ਦੀ ਚੱਲਦੀ ਪਈ ਹੈ ਜਿਹੜੀ ਪ੍ਰਾਈਸਸ ਕਾਫੀ ਹਾਈ ਹੋ ਗਈਆਂ ਹੋਟਲ ਰੂਮਸ ਦੀਆਂ ਜੀ ਉਹ ਉਹਨੂੰ ਆਪਾਂ ਐਵਰੇਜ ਡੇਲੀ ਰੇਟ ਕਹਿੰਦੇ ਆ ਏਡੀਆਰ ਸਾਡੇ ਬਿਜ਼ਨਸ ਦੇ ਵਿੱਚ ਇੱਕ ਆਕੂਪੈਂਸੀ ਹੈ ਤੇ ਐਵਰੇਜ ਡੇਲੀ ਰੇਟ ਆਕੂਪੈਂਸੀ ਜੇ ਆਪਾਂ ਮਿਡ ਸਕੇਲ ਹੋਟਲਾਂ ਦੀ ਲਾਉਨੇ ਆ ਸੈਂਟਰਲ ਕੈਲੀਫੋਰਨੀਆ ਦੇ ਵਿੱਚ ਤੇ ਉਹ 75% ਤੋਂ 80% ਤੱਕ ਕਈ ਹੋਟਲਾਂ ਚ ਉਸ ਤੋਂ ਵੀ ਜ਼ਿਆਦਾ ਪਹੁੰਚ ਚੁੱਕੀ ਹੈ ਪਰ ਜਿਹੜੀ ਮੇਨ ਚੀਜ਼ ਦੇਖਣ ਵਾਲੀ ਹੈ ਵਿਚ ਇਜ਼ ਅ ਐਵਰੇਜ ਡੇਲੀ ਰੇਟ ਕਿ ਸਾਨੂੰ ਪਰ ਕਮਰੇ ਦਾ ਕਿੰਨਾ ਪੈਸਾ ਮਿਲਦਾ ਉਹ ਕਾਫੀ ਮਾਤਰਾ ਦੇ ਨਾਲ ਉੱਪਰ ਗਿਆ ਸੋ ਉਹ ਜਦੋਂ ADR ਤੁਹਾਡੀ ਉੱਪਰ ਜਾਂਦੀ ਹੈ ਤੁਹਾਨੂੰ ਬਾਟਮ ਲਾਈਨ ਤੁਹਾਡੀ ਓਨੀ ਵਧੀਆ ਹੋ ਜਾਂਦੀ ਹੈ ਤੇ ADR ਅਗਰ ਐਵਰੇਜ ਅਗੇਨ ਮੈਂ ਗੱਲ ਕਰ ਰਿਹਾ ਮਿਡ ਸਕੇਲ ਹੋਟਲਾਂ ਦੀ ਜਾਂ ਫੋਕਸ ਸਰਵਿਸ ਹੋਟਲਾਂ ਦੀ ਚੰਗੇ ਬ੍ਰਾਂਡ ਦੀ ਉਹਨਾਂ ਦੀ ਐਵਰੇਜ ਡੇਲੀ ਰੇਟ 150 ਡਾਲਰ ਤੱਕ ਵੀ ਪਹੁੰਚੀ ਹੋਈ ਹੈ ਪਰ ਕਈ ਸ਼ਹਿਰਾਂ 'ਚ ਉਸ ਤੋਂ ਉੱਪਰ ਵੀ ਗਈ ਹੈ ਬਿਲਕੁਲ ਬਿਲਕੁਲ ਔਰ ਜੇ ਆਪਾਂ ਗੱਲ ਕਰੀਏ ਹੁਣ ਵੀ ਜੇ ਕਿਸੇ ਨੇ ਨਵੇਂ ਇਸ ਬਿਜ਼ਨਸ 'ਚ ਇੱਛਾ ਰੱਖਦਾ ਆ ਆਨ ਦੀ ਤੇ ਉਹਨੂੰ ਕਿਹੜੀਆਂ ਚੀਜ਼ਾਂ ਦੇਖਣੀਆਂ ਚਾਹੀਦੀਆਂ ਸੌਫਟਵੇਅਰ ਦਾ ਫైనాన్స్ ਬਹੁਤ ਵੱਡਾ ਇੱਥੇ ਰੋਲ ਪਲੇ ਕਰਦਾ ਕਿਉਂਕਿ ਹੋਟਲ ਜਿਹੜਾ ਇੱਕ ਆਮ ਘਰ ਨਹੀਂ ਹੈ ਤੇ ਬਹੁਤ ਵੱਡਾ ਇੱਥੇ ਫਾਈਨਾਂਸ ਇਨਵੋਲ ਹੁੰਦਾ ਤੇ ਕਿਹੜੀਆਂ ਚੀਜ਼ਾਂ ਉਹਨੂੰ ਦੇਖਣੀਆਂ ਚਾਹੀਦੀਆਂ ਸਭ ਤੋਂ ਪਹਿਲਾਂ ਸੰਜੀਵ ਮੈਂ ਤੁਹਾਨੂੰ ਦੱਸਿਆ ਵੀ ਕਿਹੜੇ ਸ਼ਹਿਰ 'ਚ ਤੁਸੀਂ ਹੋਟਲ ਲੈਣਾ ਹੈ ਜਾਂ ਬਣਾਉਣਾ ਹੈ ਉਹ ਬਹੁਤ ਜ਼ਰੂਰੀ ਹੈ ਉਸ ਸ਼ਹਿਰ ਦੀ ਸਟੱਡੀ ਕਰਨੀ ਬਹੁਤ ਜ਼ਰੂਰੀ ਹੈ ਵੀ ਇੱਥੇ ਦਾ ਫਿਊਚਰ ਕੀ ਹੈ ਇੱਥੇ ਜਿਹੜੇ ਹੋਟਲ ਆਲਰੇਡੀ ਐਗਜ਼ਿਸਟਿੰਗ ਹੈਗੇ ਨੇ ਉਹਨਾਂ ਦੀ ਕੀ ਪਰਫਾਰਮੈਂਸ ਰਾਈਟ ਉਹ ਡੇਟਾ ਤੁਹਾਨੂੰ ਮਿਲ ਜਾਂਦਾ ਤੁਸੀਂ ਸਟਾਰ ਡੇਟਾ 500 ਡਾਲਰ ਦੇ ਕੇ ਬਾਇ ਕਰ ਸਕਦੇ ਹੋ ਜਿਹੜਾ ਤੁਹਾਨੂੰ ਐਵਰੇਜ ਉਸ ਸ਼ਹਿਰ ਦੀ ਆਕੂਪੈਂਸੀ ਏਡੀਆ ਦੱਸ ਦਿੰਦਾ ਜੇ ਤੁਸੀਂ ਆਫ ਕੋਰਸ ਜਿਹੜੇ ਬੰਦੇ ਆਪਣੇ ਪੰਜਾਬੀ ਭਾਈਚਾਰੇ ਦੇ ਲੋਕ ਨੇ ਜਿਨ੍ਹਾਂ ਨੇ ਬਿਜ਼ਨਸ ਚ ਆਣਾ ਸਾਰੇ ਸਮਝਦਾਰ ਨੇ ਤੇ ਨੰਬਰ ਹਰ ਕੋਈ ਰੀਡ ਕਰ ਲੈਂਦਾ ਜੇ ਤੁਹਾਨੂੰ ਅਕਪੈਂਸੀ ਏਰੀਆ ਆਰ ਦਾ ਗ੍ਰਾਫ ਉੱਪਰ ਜਾਂਦਾ ਦਿਖ ਰਿਹਾ ਹੈ ਤੇ ਤੁਹਾਨੂੰ ਪਤਾ ਹੈ ਵੀ ਇੱਥੇ ਮਾਰਕੀਟ ਉੱਪਰ ਜਾ ਰਹੀ ਹੈ। ਸੋ ਸਭ ਤੋਂ ਪਹਿਲੀ ਗੱਲ ਤੇ ਮੈਂ ਸਾਰਿਆਂ ਨੂੰ ਇਨਕਰੇਜ ਕਰਾਂਗਾ ਕਿ ਉਹ ਡੇਟਾ ਜਰੂਰ ਦੇਖਿਆ ਜਾਵੇ। ਫਿਰ ਉਥੇ ਕਿਹੜਾ ਬ੍ਰਾਂਡ ਤੁਸੀਂ ਬਣਾਉਣਾ ਹੈ? ਕਿਹੜੇ ਬ੍ਰਾਂਡ ਆਲਰੇਡੀ ਸ਼ਹਿਰ 'ਚ ਹੈਗੇ ਨੇ? ਜੇ ਮੈਂ ਗੱਲ ਕਰ ਰਿਹਾ ਨਵੇਂ ਹੋਟਲ ਬਣਾਉਣ ਦੀ ਕਿਉਂਕਿ ਸਾਡੇ ਮੇਨਲੀ ਅਸੀਂ ਆਫ ਦੇ ਨਵੇਂ ਹੋਟਲ ਬਣਾਈ ਦੇ। ਫਿਰ ਕਿਹੜਾ ਬ੍ਰਾਂਡ ਸ਼ਹਿਰ 'ਚ ਹੈਗਾ ਤੇ ਤੁਸੀਂ ਉਹਦੇ ਨਾਲ ਕਿਹੜਾ ਬ੍ਰਾਂਡ ਬਣਾਉਣਾ ਹੈ? ਕਿੰਨੇ ਕਮਰੇ ਬਣਾਉਣੇ ਨੇ ਤੁਸੀਂ ਇਹ ਨਹੀਂ ਵੀ ਅਸੀਂ ਆਪਾਂ ਇੱਥੇ ਮੰਨ ਲਓ ਆਪਾਂ ਮੈਰੀਟ ਦਾ ਜਾਂ ਹਿਲਟਨ ਦਾ ਕੋਈ ਹੋਟਲ ਬਣਾਉਨੇ ਆ ਤੇ ਆਪਾਂ ਕਹੇ ਵੀ ਮੈਂ ਇੱਥੇ 200 ਕਮਰੇ ਬਣਾ ਦਿੰਦਾ ਕਿਉਂਕਿ ਮੇਰੇ ਕੋ ਗੁੰਜਾਸ਼ ਹੈ ਉਹ ਸ਼ਾਇਦ ਨਹੀਂ ਕੰਮ ਕਰੇਗਾ ਜੇ ਤੁਹਾਡੇ ਕੋਲ ਡਾਟਾ ਨਹੀਂ ਹੈਗਾ ਸੋ ਸਹੀ ਨੰਬਰ ਆਫ ਰੂਮਸ ਉਹਦੇ ਚ ਤੁਹਾਨੂੰ ਫਰੈਂਚਾਈਜ਼ ਤੁਹਾਡੀ ਹੈਲਪ ਕਰ ਦਿੰਦੀ ਹੈ ਜੇ ਤੁਸੀਂ ਮੈਰੀਟ ਹਿਲਟਨ ਨਾਲ ਗੱਲ ਕਰਦੇ ਹੋ ਸੋ ਉਹ ਲੋਕ ਤੁਹਾਨੂੰ ਕਾਫੀ ਹੈਲਪ ਕਰਦੇ ਨੇ ਕਿ ਸਾਡੀ ਸੁਜੈਸ਼ਨ ਇਹ ਹੈ ਵੀ ਤੁਸੀਂ ਇੰਨੇ ਕੁ ਕਮਰਿਆਂ ਦਾ ਹੋਟਲ ਇੱਥੇ ਬਣਾਓ ਵਿਚੁਅਲ ਵਰਕ ਵੈਰੀ ਵੈਲ ਤੇ ਫਿਰ ਉਸ ਤੋਂ ਬਾਅਦ ਤੁਹਾਡੀਆਂ ਬੈਂਕ ਦੇ ਨਾਲ ਉਹ ਟਰਮਸ ਨੇਗੋਸ਼ੀਏਟ ਕਰੋ ਥੈਨ ਤੁਸੀਂ ਜੇ ਤੁਸੀਂ ਨਵਾਂ ਬਣਾਉਣਾ ਹੈ ਫਿਰ ਤੁਸੀਂ ਇੱਕ ਐਕਸਪੀਰੀਅੰਸ ਠੇਕੇਦਾਰ ਨਾਲ ਕੰਮ ਕਰੋ ਉਹ ਸਾਡਾ ਆਪਣਾ ਤਜਰਬਾ ਹੈ ਵੀ ਕਈ ਵਾਰੀ ਤੁਸੀਂ ਪੈਸੇ ਥੋੜੇ ਵੱਧ ਦੇ ਦਿੰਦੇ ਹੋ ਪਰ ਚੰਗਾ ਠੇਕੇਦਾਰ ਸਿਲੈਕਟ ਕਰਨਾ ਕੰਸਟਰਕਸ਼ਨ ਵਾਸਤੇ ਮੈਂ ਕਹਾਂਗਾ ਕਿ ਮੇਰੀ ਸਭ ਤੋਂ ਪਹਿਲੀ ਐਡਵਾਈਸ ਹੈ ਥੈਟ ਇਜ਼ ਵੈਰੀ ਇੰਪੋਰਟੈਂਟ ਤੇ ਜੇ ਆਪਾਂ ਗੱਲ ਕਰੀਏ ਐਗਜ਼ਿਸਟਿੰਗ ਹੋਟਲ ਦੀ ਵੀ ਜੇ ਆਪਾਂ ਐਗਜ਼ਿਸਟਿੰਗ ਹੋਟਲ ਲੈਣਾ ਹੈ ਹਾਂ ਸੰਜੀਵ ਉਹ ਵੀ ਉਹਦੇ ਚ ਵੀ ਕਿਤਾਬਾਂ ਵੇਖਣੀਆਂ ਬਹੁਤ ਜ਼ਰੂਰੀ ਨੇ ਵੀ ਜਿਹੜੇ ਪ੍ਰੋਫਿਟ ਐਂਡ ਲਾਸ ਤੁਸੀਂ ਵੇਖਦੇ ਹੋ ਪਹਿਲੋਂ ਤੇ 3 ਸਾਲਾਂ ਦੀ ਵੇਖੋ ਕਿ 3 ਸਾਲਾਂ ਦੇ ਵਿੱਚ ਉਹ ਹੋਟਲ ਕਿੱਦਾਂ ਪਰਫਾਰਮ ਕਰ ਰਿਹਾ ਹੁੰਦੇ ਕਿੰਨੇ ਖਰਚੇ ਨੇ ਤੁਸੀਂ ਉਸ ਪ੍ਰਾਪਰਟੀ ਦਾ ਕਿੰਨਾ ਮੁੱਲ ਦੇਣਾ ਹੈ ਕਿਉਂਕਿ ਉਹ ਜਿਹੜੇ ਖਰਚੇ ਪੁਰਾਣੇ ਮਾਲਕ ਦੇ ਨੇ ਤੁਸੀਂ ਨਵੇਂ ਮਾਲਕੋ ਤੁਸੀਂ ਖਰੀਦਣਾ ਹੈ ਤੇ ਤੁਸੀਂ ਕਹਿਣਾ ਵੀ ਮੇਰਾ ਇੰਨਾ ਲੋਨ ਹੋਏਗਾ ਤੇ ਮੇਰੇ ਇਹ ਖਰਚੇ ਹੋਣਗੇ ਤੇ ਮੈਨੂੰ ਇੰਨਾ ਪੈਸੇ ਸਾਲ ਦੇ ਐਂਡ ਤੇ ਥੱਲੇ ਬਚਨੇ ਨੇ ਤੇ ਤੁਸੀਂ ਇੰਨਾ ਵੱਡਾ ਰਿਸਕ ਲੈਣਾ ਨਹੀਂ ਲੈਣਾ ਉਹਦੇ ਬੇਸ ਤੇ ਤੁਸੀਂ ਆਪਣੀ ਕੈਲਕੂਲੇਸ਼ਨ ਕਰੋ ਐਂਡ ਇਫ ਇਟ ਮੇਕਸ ਸੈਂਸ ਜ਼ਰੂਰ ਬਾਏ ਕਰੋ ਮੈਂ ਤਾਂ ਸਾਰਿਆਂ ਨੂੰ ਇਨਕਰੇਜ ਕਰਦਾ ਇਸ ਇੰਡਸਟਰੀ ਚ ਆਓ ਕਿਉਂਕਿ ਮੇਰੇ ਆਪਣੇ ਮੇਰੇ ਦੋ ਬੱਚੇ ਨੇ ਮੈਂ ਉਹਨਾਂ ਨੂੰ ਵੀ ਆਪਣੀ ਕੰਮ ਚ ਲਿਆਂਦਾ ਕਿ ਮੈਂ ਕਿਉਂਕਿ ਆਈ ਹੈਵ ਮੈਂ ਇਸ ਇਸ ਕੰਮ ਦੀ ਆਈ ਹੈਵ ਅ ਹਿਊਜ ਰਿਸਪੈਕਟ ਯਾ ਔਰ ਦੂਸਰੀ ਗੱਲ ਹੈ ਪ੍ਰੋਫਿਟੇਬਿਲਟੀ ਦੇ ਐਵਰੇਜ ਦੇਖੀਏ ਤੇ ਕੀ ਹੈਗੀ ਪ੍ਰੋਫਿਟੇਬਿਲਟੀ ਸੰਜੀਵ ਅਗੇਨ ਗੱਲ ਉੱਥੇ ਆ ਜਾਂਦੀ ਹੈ ਵੀ ਤੁਸੀਂ ਕਿੰਨੇ ਦਾ ਹੋਟਲ ਖਰੀਦ ਰਿਹਾ ਕਿਹੜੀ ਲੋਕੇਸ਼ਨ ਹੈ ਤੇ ਉਹਦੀ ਰੈਵਨਿਊਜ਼ ਕੀ ਹੈ অকਪੈਂਸੀ ਰੇਟ ਕੀ ਹੈਗਾ ਬਿਲਕੁਲ ਸੋ ਇਟ ਇਟ ਕੈਨ ਵੈਰੀ ਅਗਰ ਆਪਾਂ ਇੱਥੇ ਕੋਈ ਪ੍ਰਾਪਰਟੀ ਖਰੀਦ ਰਹੇ ਆ ਜਾਂ ਮਿਡ ਵੈਸਟ ਖਰੀਦਦੇ ਆ ਜੇ ਆਪਾਂ ਇੱਥੇ ਕਿਸੇ ਹੋਟਲ ਦਾ 20 ਮਿਲੀਅਨ ਡਾਲਰ ਦਿੰਨੇ ਆ ਤੇ ਉਹਦਾ ਰੈਵਨਿਊ ਮੈਂ ਮੋਟਾ-ਮੋਟਾ ਸਾਬ ਲਾਉਣਾ ਜੇ ਉਹਦਾ 4 ਮਿਲੀਅਨ ਦਾ ਰੈਵਨਿਊ ਜੇ ਆਪਾਂ 20 ਮਿਲੀਅਨ ਦਾ ਲਿਆ ਤੇ ਖਰਚੇ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਵੀ ਐਵਰੇਜ ਸਟੈਂਡਰਡ ਖਰਚੇ ਕੀ ਆਉਣੇ ਨੇ ਤੇ ਉਹੀ 4 ਮਿਲੀਅਨ ਦੀ ਪ੍ਰਾਪਰਟੀ ਜੇ ਤੁਹਾਨੂੰ ਮਿਡ ਵੈਸਟ ਜਾਂ ਦੂਜੀ ਸਟ 14 ਮਿਲੀਅਨ ਦੀ ਮਿਲਦੀ ਹੈ ਸੋ ਤੁਹਾਡੀ ਬਾਟਮ ਲਾਈਨ ਉਹ ਤੁਸੀਂ ਆਪ ਕੈਲਕੂਲੇਟ ਕਰ ਸਕਦੇ ਹੋ ਸੋ ਇਟ ਆਲ ਡਿਪੈਂਡਸ ਵੀ ਆਪਾਂ ਕਿੱਥੇ ਹੋਟਲ ਲੈ ਰਹੇ ਆ ਕਿੰਨੇ ਦਾ ਖਰੀਦ ਰਹੇ ਆ ਉਸ ਹਿਸਾਬ ਦੇ ਨਾਲ ਪ੍ਰੋਫਿਟੇਬਿਲਟੀ ਆਉਂਦੀ ਹੈ ਮੇਰਾ ਰੂਲ ਆਫ ਥੰਮ ਇਹੀ ਹੈ ਜਦੋਂ ਅਸੀਂ ਕੋਈ ਹੋਟਲ ਲਈਦਾ ਵੀ ਸਾਨੂੰ ਜੇ ਅਸੀਂ ਆਪਣਾ ਜਿੰਨਾ ਕੈਸ਼ ਲਾਇਆ ਉਹਦੇ ਤੇ ਸਾਨੂੰ 20% ਪਲੱਸ ਕੈਸ਼ ਔਨ ਕੈਸ਼ ਰਿਟਰਨ ਆਵੇ ਤੇ ਅਸੀਂ ਜਾਂ ਮੈਂ ਆਪਦੀ ਕੰਪਨੀ ਦਾ ਰਿਸਕ ਲੈ ਕੇ ਹੋਟਲ ਖਰੀਦ ਲਾਂ ਸੋ ਕਟੋ-ਕਟ 20% ਮੇਰੇ ਸਾਹਮਣੇ ਨਾਲ ਕੈਸ਼ ਔਨ ਕੈਸ਼ ਰਿਟਰਨ ਚਾਹੀਦਾ ਹੈ ਔਰ ਸੌਥਰ ਵੱਡੀ ਗੱਲ ਹੈ ਕਿ ਇੱਕ ਸਾਮ ਸੰਭਾਲ ਬਹੁਤ ਵੱਡੀ ਗੱਲ ਆ ਬਾਅਦ ਬਣਾ ਲਿਆ ਹੋਟਲ ਇੱਕ ਵਾਰ ਖੜਾ ਹੋ ਗਿਆ ਉਸ ਤੋਂ ਬਾਅਦ ਟੇਕ ਕੇਅਰ ਉਹਦੀ ਕਰਨੀ ਉਹ ਬਹੁਤ ਵੱਡੀ ਗੱਲ ਹੈ ਇਸ ਫੀਲਡ ਦੇ ਵਿੱਚ ਬਿਲਕੁਲ ਠੀਕ ਹੈ ਤੁਹਾਡੀ ਗੱਲ ਕਿਉਂਕਿ ਸੰਜੀਵ ਜੇ ਤੁਸੀਂ ਕੋਈ ਵੀ ਬਿਜ਼ਨਸ ਹੈ ਭਾਵੇਂ ਹੋਟਲ ਹੈ ਗੈਸ ਸਟੇਸ਼ਨ ਹੈ ਕੋਈ ਵੀ ਬਿਜ਼ਨਸ ਤੁਸੀਂ ਲਾ ਲਓ ਤੁਸੀਂ ਉਹਨੂੰ ਬਿਜ਼ਨਸ ਨੂੰ ਖਰੀਦਦੇ ਹੋ ਤੁਸੀਂ ਆਪ ਦੀ ਹਾਰਡਨ ਮਨੀ ਉਹਦੇ ਚ ਲਾਉਂਦੇ ਹੋ ਤੇ ਜੇ ਤੁਸੀਂ ਉਹਨੂੰ ਟੇਕ ਕੇਅਰ ਨਹੀਂ ਕਰਦੇ ਤੇ ਇਵੈਂਚੁਅਲੀ ਗੈਸਟ ਤੁਹਾਡੇ ਹੋਟਲ 'ਚ ਜਾਂ ਤੁਹਾਡੇ ਬਿਜ਼ਨਸ ਆਣਾ ਬੰਦ ਕਰ ਦਿੰਦਾ ਤੇ ਜੇ ਗੈਸਟ ਨਹੀਂ ਆਏਗਾ ਤੇ ਤੁਹਾਡਾ ਕੰਮ ਨਹੀਂ ਚੱਲੇਗਾ ਮੇਰੀ ਤਾਂ ਪਾਲਿਸੀ ਇਹੀ ਰਹਿੰਦੀ ਹੈ ਆਪਦੇ ਸਾਰੇ ਸਟਾਫ ਵਾਸਤੇ ਮੇਰੀ ਕੰਪਨੀ ਜਿਸ ਟਮ 350 ਏਮਪਲੋਈਜ਼ ਨੇ ਮੈਂ ਜਦੋਂ ਵੀ ਆਪਣੇ ਮੈਨੇਜਰਸ ਨੂੰ ਜਾਂ ਰੀਜਨਲ ਮੈਨੇਜਰਸ ਨੂੰ ਮਿਲਦਾ ਕਿਉਂਕਿ ਸਾਡੀਆਂ ਜਿਹੜੀਆਂ ਹੋਟਲਸ ਨੇ ਹਿਲਟਨ ਮੈਰੀਅਟ 'ਚ ਉਹ ਲੋਗ ਅਨ ਅਨਾਉਂਸਡ ਕੁਆਲਿਟੀ ਇੰਸ਼ੋਰੈਂਸ ਕਰਨ ਆਉਂਦੇ ਨੇ ਤੇ ਉਹ ਤੁਹਾਨੂੰ ਦੱਸਦੇ ਨਹੀਂ ਵੀ ਅਸੀਂ ਆ ਗਏ ਆ ਤੇ ਹੁਣ ਉਹਨਾਂ ਨੇ ਇੱਕ ਦਿਨ ਪਹਿਲਾਂ ਉਸ ਵੇਲੇ ਸਵੇਰੇ ਉਹਨਾਂ ਨੇ ਤੁਹਾਡੇ ਕਾਊਂਟਰ ਤੇ ਆਜਣਾ ਕਹਿਣਾ ਜੀ ਅਸੀਂ ਇਨਸਪੈਕਸ਼ਨ ਕਰਨੀ ਹੈ ਸੋ ਮੈਂ ਆਪਣੇ EMPLOYEES ਨੂੰ ਹਮੇਸ਼ਾ ਇਹ ਕਹਿਣਾ ਕਿ ਤੁਹਾਨੂੰ ਕੁਆਲਿਟੀ ਇਨਸ਼ੋਰੈਂਸ ਲਈ ਹਰ ਰੋਜ਼ ਰੈਡੀ ਰਹਿਣਾ ਚਾਹੀਦਾ ਹੈ ਇਹ ਨਹੀਂ ਵੀ ਹੁਣ 3 ਮਹੀਨੇ ਹੋ ਗਏ ਤਾਂ ਕੁਆਲਿਟੀ ਸ਼ੋਰਨਸ ਆਨ ਆਲਾ ਕਿਉਂਕਿ ਪੈਸੇ ਜਿਹੜੇ ਤੁਹਾਨੂੰ ਦੇਣੇ ਨੇ ਉਹ ਕਸਟਮਰ ਨੇ ਦੇਣੇ ਨੇ ਰਾਈਟ ਸੋ ਤੁਹਾਡਾ ਪੁਆਇੰਟ ਜਿਹੜਾ ਹੈ ਵੀ ਜੇ ਤੁਸੀਂ ਪ੍ਰਾਪਰਟੀ ਨੂੰ ਕਲੀਨ ਰੱਖਦੇ ਹੋ ਸਫਾਈ ਨਾਲ ਰੱਖਦੇ ਹੋ ਤੇ ਕਸਟਮਰ ਵਾਪਸ ਆਉਂਦਾ ਹੈ ਰਾਈਟ ਤੇ ਉਹ ਇੱਕ ਬਹੁਤ ਹੀ ਜ਼ਰੂਰੀ ਪੁਆਇੰਟ ਹੈ ਤੁਹਾਨੂੰ ਅਵਾਰਡ ਵੀ ਮਿਲਿਆ ਵਾਜ ਹਾਂਜੀ ਸਾਡੀ ਕੰਪਨੀ ਨੂੰ ਪਿਛਲੇ ਸਾਲ ਹਾਰਾਈਜ਼ਨ ਅਵਾਰਡ ਮਿਲਿਆ ਜੀ ਇਟਸ ਸੈਕੰਡ ਹਾਈਸਟ ਅਵਾਰਡ ਇਨ ਦੀ ਇੰਡਸਟਰੀ ਤੇ ਉਹ ਅਵਾਰਡ ਵੀ ਜਿਹੜਾ ਮਿਲਿਆ ਸੰਜੀ ਵੀ ਉਹ ਇਨਾ ਹੀ ਚੀਜ਼ਾਂ ਕਰਕੇ ਹੈ ਮੈਂ ਕਦੀ ਮੈਂ ਛੇੜੀਏ ਸਰ ਹਾਂਜੀ ਉਹ ਅਵਾਰਡ ਦੇ ਵਿੱਚ ਬਹੁਤ ਚੀਜ਼ਾਂ ਮੈਰੀਅਟ ਨੇ ਦੇਖੀਆਂ ਨੇ ਜਿੰਦੇ ਸਾਡੀ ਕੁਆਲਿਟੀ ਇੰਸ਼ੋਰੈਂਸ ਹੈ ਸਾਡੀ ਕੰਸਟਰਕਸ਼ਨ ਕੁਆਲਿਟੀ ਹੈ ਸਾਡੇ ਜਿਹੜੇ ਰਿਵਿਊਜ਼ ਆਉਂਦੇ ਨੇ ਥਰਡ ਪਾਰਟੀਆਂ ਦੇ ਉਹ ਤੁਹਾਨੂੰ ਇੱਕ ਸਰਟਨ ਪਰਸੈਂਟੇਜ ਤੇ ਚਾਹੀਦੇ ਨੇ ਉਹ ਸਾਰੀ ਚੀਜ਼ਾਂ ਨੂੰ ਐਡ ਕਰਕੇ ਸਾਨੂੰ ਪਿਛਲੇ ਸਾਲ ਇੱਕ ਹਰਾਇਜ਼ਨ ਅਵਾਰਡ ਵੈਰੀਏਬਲ ਮਿਲੇ ਔਰ ਜਦਾਂ ਕਿ ਹੁਣ ਆਪਾਂ ਕੈਲੀਫੋਰਨੀਆ ਚ ਕੈਲੀਫੋਰਨੀਆ ਜਿੱਦਾਂ ਕੋਈ ਵੀ ਇੰਡਸਟਰੀ ਹੈ ਗਰੋ ਕਰ ਰਹੀ ਹੈ ਮਿਡ ਵੈਸਟ ਵੀ ਹੁਣ ਕਾਫੀ ਦੇਖਣ ਚਾ ਰਿਹਾ ਵੀ ਇੱਥੋਂ ਵੀ ਪੰਜਾਬੀ ਮੂਵ ਕਰਕੇ ਮਿਡ ਵੈਸਟ ਵੱਲ ਨੂੰ ਤੁਰ ਰਹੇ ਨੇ ਜਾਂ 4 ਸਟੇਟਸ ਵੱਲ ਨੂੰ ਵੀ ਜਾ ਰਹੇ ਨੇ ਕਿਹੜੀਆਂ ਸਟੇਟਸ ਹੈਗੀਆਂ ਜਿਹੜੀਆਂ ਬਹੁਤ ਵਧੀਆ ਜੇ ਸੋਚਿਆ ਜਾਵੇ ਤੇ ਇਸ ਕੰਮ ਲਈ ਹੈਗੀਆਂ ਸੰਜੀਵ ਗਰੋਥ ਸਾਰੀ ਸਟੇਟਾਂ ਚ ਡਿਫਰੈਂਟ ਡਿਫਰੈਂਟ ਮਾਰਕੀਟ ਚ ਹੁੰਦੀ ਹੈ ਆਪਾਂ ਇਹ ਨਹੀਂ ਕਹਿ ਸਕਦੇ ਵੀ ਸਾਰਾ ਕੈਲੀਫੋਰਨੀਆ ਵਧੀਆ ਹੈ ਤੇ ਸਾਰਾ ਟੈਕਸਾਸ ਮਾੜਾ ਹੈ ਸੋ ਅਗੇਨ ਮੇਰਾ ਜਵਾਬ ਤੁਹਾਨੂੰ ਇਹੀ ਹੈ ਵੀ ਜਿਹੜੀ ਵੀ ਸਟੇਟ ਚ ਤੁਸੀਂ ਜਾਓ ਉਸ ਸਟੇਟ ਦੇ ਵਿੱਚ ਉਸ ਸ਼ਹਿਰ ਦੀ ਰਿਸਰਚ ਕਰਨੀ ਬਹੁਤ ਜ਼ਰੂਰੀ ਹੈ ਜਿੱਥੇ ਤੁਸੀਂ ਆਪਣਾ ਬਿਜ਼ਨਸ ਜਾਂ ਹੋਟਲ ਖਰੀਦਣਾ ਹੈ ਕੁੱਲ ਮਿਲਾ ਕੇ ਕਿਹਾ ਜਾਵੇ ਵੀ ਜੇ ਇਹ ਬਿਜ਼ਨਸ ਵੱਲ ਧਿਆਨ ਕਰਕੇ ਪੂਰਾ ਆਪਣਾ ਕੈਲਕੂਲੇਸ਼ਨ ਕਰਕੇ ਜੇ ਹੋਟਲ ਇੰਡਸਟਰੀ ਵੱਲ ਆਣਾ ਹੋਵੇ ਤੇ ਇਹ ਪ੍ਰੋਫਿਟੇਬਲ ਬਿਜ਼ਨਸ ਹੈ ਬਹੁਤ ਵਧੀਆ ਬਿਜ਼ਨਸ ਹੈ ਸੰਜੀਵ ਜੀ ਮੈਂ ਆਪਣੇ ਸਾਰੇ ਪੰਜਾਬੀ ਭਰਾਵਾਂ ਨੂੰ ਕਹਾਵਾਂਗਾ ਅਗੇਨ ਰਿਸਰਚ ਕਰੋ ਤੇ ਜਰੂਰ ਆਵੋ ਤੇ ਅੱਗੇ ਵਧੋ ਇਸ ਕੰਮ 'ਚ ਬਹੁਤ ਵਧੀਆ ਜਾਣਕਾਰੀ ਤੁਸੀਂ ਦਿੱਤੀ ਹੈ ਉਮੀਦ ਹੈ ਸਾਡੇ ਪੰਜਾਬੀ ਭਰਾ ਇਸ ਨੂੰ ਦੇਖ ਕੇ ਇਸ ਪ੍ਰੋਗਰਾਮ ਨੂੰ ਕਾਫੀ ਤੋਸੀਦ ਵੀ ਲੈਣਗੇ ਔਰ ਕਾਫੀ ਉਹਨਾਂ ਨੂੰ ਫਾਇਦਾ ਵੀ ਹੋਏਗਾ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਤੁਹਾਨੂੰ ਸਾਡਾ ਪ੍ਰੋਗਰਾਮ ਕਿਸ ਤਰ੍ਹਾਂ ਦਾ ਲੱਗਿਆ ਤੁਸੀਂ ਆਪਣੇ ਸੁਝਾਅ ਸਾਨੂੰ ਜਰੂਰ ਲਿਖ ਕੇ ਭੇਜਿਆ ਕਰੋ ਸਾਡਾ ਪਤਾ ਹੈ ਫੀਡਬੈਕ@ptcnetwork.com ਸੋ ਅੱਜ ਚਰਚਾ ਸੀ ਰਾਜ ਵਰਮਾ ਹੋਣਾ ਨਾਲ ਕਿਉਂਕਿ ਪੰਜਾਬੀ ਪਾਈਚਾਰਾ ਬਹੁਤ ਵੱਡੀ ਗਿਣਤੀ ਵਿੱਚ ਜਿਹੜਾ ਦੇਖਣ ਚ ਆਇਆ ਕਿ ਕਾਰੋਬਾਰ ਦੇ ਤੌਰ ਤੇ ਹੋਟਲ ਇੰਡਸਟਰੀ ਵੱਲ ਨੂੰ ਮੂਵ ਕਰ ਰਿਹਾ ਸੋ ਉਹਨਾਂ ਨੂੰ ਕੁਝ ਨਾ ਕੁਝ ਜਾਣਕਾਰੀ ਮਿਲੇ ਔਰ ਤੁਹਾਨੂੰ ਸਾਡਾ ਇਹ ਪ੍ਰੋਗਰਾਮ ਕਿਸ ਤਰ੍ਹਾਂ ਦਾ ਕਿਹਾ ਜਰੂਰ ਫੇਰ ਮੈਂ ਇੱਕ ਵਾਰ ਕਹਿ ਰਿਹਾ ਤੁਹਾਨੂੰ ਰਿਕੁਐਸਟ ਕਰ ਰਿਹਾ ਕਿ ਆਪਣੇ ਸੁਝਾਅ ਸਾਨੂੰ ਜਰੂਰ ਲਿਖ ਭੇਜਣਾ ਅਗਲੇ ਹਫਤੇ ਇੱਕ ਨਵੇਂ ਵਿਸ਼ੇ ਦੇ ਨਾਲ ਤੁਹਾਡੇ ਸਾਹਮਣੇ ਫੇਰ ਹਾਜ਼ਰ ਹੋਵਾਂਗੇ ਤਦ ਤੱਕ ਸੰਦੇ ਹੋ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ